ਕਿਆ ਬਾਤ ਕਰੀ ਕਿਤੇ ਮਿਲ ਰੱਬਾ ਦਿੱਲੀ ਤੇ ਲਾਹੌਰ ਦਾ ਟੁੱਟ ਜਾਣ ਹੱਦਾਂ ਬੰਨੇ ਗੱਡੀ ਜਾਵੇ ਸ਼ੂਕ ਦੀ ਵੇਚ ਦਈਏ ਤੋਪਾਂ ਲੋੜ ਪਵੇ ਨਾ ਬਦੂਕ ਦੀ ਸੁਣ ਵਾਗੇ ਦੀ ਅਸਰ ਹੱਦੇ ਨਹੀਂ ਹੋਣੀ ਬੜੀ ਖਰਾਬੀ ਏ ਬੰਬ ਇੱਧਰ ਡਿੱਗਣ ਜਾਂ ਉੱਧਰ ਡਿੱਗਣ ਮਰਨੇ ਦਾ ਪੁੱਤ ਪੰਜਾਬੀ ਏ ਸੋ ਇਸ ਕਰਕੇ ਭਾਈ ਦੋਹੇ ਪੰਜਾਬਾਂ ਦੀ ਖੈਰ ਮੰਗਦੇ ਆ ਅਸੀਂ ਵੀ ਸੁਣ ਵਾਗੇ ਦੀ ਅਸਰ ਹੱਦੇ ਨਹੀਂ ਤੈਨੂੰ ਤੱਤੀ ਵਾਹ ਨਾ ਲੱਗੇ ਨੇ ਬਸ ਲੱਗਣ ਫੁੱਲ ਗੁਲਾਬ ਦੇ ਤੇਰੇ ਦੋਵੇਂ ਪਾਸੇ ਵਸਦੇ ਨੇ ਪੁੱਤ ਪੰਜਾਬ ਦੇ ਕਿਆ ਬਾਤ ਏ ਸਰਦਾਰ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਕੀ ਨਾਮ ਤੁਹਾਡਾ ਮੇਰਾ ਨਾਮ ਸਰ ਇਕਬਾਲ ਸਿੰਘ ਤੇ ਕਿੱਥੋਂ ਤੁਸੀਂ ਮਿਲੇ ਮੈਂ ਸਰ ਚੰਡੀਗੜ੍ਹ ਤੋਂ ਅੱਛਾ ਜੀ ਪਹਿਲੀ ਵਾਰ ਆਉਣ ਹੋਇਆ ਸਰ ਮੈਂ ਪਹਿਲੀ ਵਾਰ ਹੀ ਆਇਆ ਤੇ ਕਿਹੋ ਜਿਹਾ ਲੱਗ ਰਿਹਾ ਲੱਗਦੇ ਨੇ ਵੀ ਅਸੀਂ ਦੂਜੇ ਵਤਨਾਂ ਵਿੱਚ ਆਏ ਆ ਲੱਗਦਾ ਵੀ ਬਸ ਸੇਮ ਪੰਜਾਬ ਦੇ ਵਿੱਚ ਘੁੰਮ ਰਹੇ ਕੋਈ ਦਿਲ ਦੇ ਵਿੱਚ ਗੱਲ ਖਟਕ ਕੋਈ ਐਸੀ ਚੀਜ਼ ਤਾਂ ਨਹੀਂ ਜਿਹੜੀ ਕਦੀ ਸੁਣੀ ਹੋਵੇ ਤੇ ਇੱਥੇ ਆ ਕੇ ਨਹੀਂ ਨਹੀਂ ਸਾਨੂੰ ਤਾਂ ਵੈਸੇ ਕੋਈ ਐਸਾ ਖਰਚਾ ਨਹੀਂ ਸੀ ਅਸੀਂ ਤਾਂ ਇੱਕੋ ਅਰਦਾਸ ਕਰਦੇ ਆ ਚੜ੍ਹਦੇ ਪੰਜਾਬ ਵਾਲੇ ਲਹਿੰਦੇ ਵਾਲਿਆਂ ਵਾਸਤੇ ਵੀ ਸੁਣ ਵਾਗੇ ਦੀ ਅਸਰ ਹੱਦੇ ਨਹੀਂ ਤੈਨੂੰ ਤੱਤੀ ਵਾਹ ਨਾ ਲੱਗੇ ਨੇ ਬਸ ਲੱਗਣ ਫੁੱਲ ਗੁਲਾਬ ਦੇ ਤੇਰੇ ਦੋਵੇਂ ਪਾਸੇ ਵਸਦੇ ਨੇ ਪੁੱਤ ਪੰਜਾਬ ਦੇ ਕਿਆ ਬਾਤ ਕਿਉਂਕਿ ਉਹ ਕਹਿੰਦੇ ਵੀ ਦੀਵਾ ਵਾਲੇ ਲਾਹੌਰ ਤੇ ਚਾਨਣ ਦਿੱਲੀ ਹੋਵੇਗਾ ਕਿਆ ਬਾਤ ਹੈ ਜੀ ਅਸੀਂ ਤਾਂ ਅਰਦਾਸ ਕਰਦੇ ਹਾਂ ਵੀ ਇਨਸ਼ਾਅੱਲਾ ਵਾਹਿਗੁਰੂ ਪਰਮਾਤਮਾ ਪਰਮੇਸ਼ਰ ਕਰੇ ਦੋਨਾਂ ਪੰਜਾਬਾਂ ਦੇ ਵਿੱਚ ਸਮੇਲ ਰਵੇ ਉਹ ਕਿਸੇ ਸ਼ਾਇਰ ਨੇ ਬਹੁਤ ਸੋਹਣਾ ਲਿਖਿਆ ਵੀ ਸੁਖੀ ਵਸੇ ਕਸ਼ਮੀਰ ਮੁਕੇ ਰੇੜਕਾ ਪਿਸ਼ੌਰ ਦਾ ਕਰੀ ਕਿਤੇ ਮਿਲ ਰੱਬਾ ਦਿੱਲੀ ਤੇ ਲਾਹੌਰ ਦਾ ਟੁੱਟ ਜਾਣ ਹੱਦਾਂ ਬੰਨੇ ਗੱਡੀ ਜਾਵੇ ਸ਼ੂਕ ਦੀ ਵੇਚ ਦਈਏ ਤੋਪਾਂ ਲੋੜ ਪਵੇ ਨਾ ਬਦੂਕ ਦੀ ਬੜਾ ਮੁੱਲ ਤਾਰਿਆ ਲੀਡਰਾਂ ਦੀ ਟੌਰ ਦਾ ਕਰੀ ਕਿਤੇ ਮਿਲ ਰੱਬਾ ਦਿੱਲੀ ਤੇ ਲਾਹੌਰ ਦਾ ਕਰੀ ਕਿਤੇ ਮਿਲ ਰੱਬਾ ਦਿੱਲੀ ਤੇ ਲਾਹੌਰ ਦਾ ਕਹਿੰਦੇ ਵੀ ਸੁਣ ਵਾਗੇ ਦੀ ਅਸਰ ਹੱਦੇ ਨਹੀਂ ਹੋਣੀ ਬੜੀ ਖਰਾਬੀ ਏ ਸੁਣ ਵਾਗੇ ਦੀ ਅਸਰ ਹੱਦੇ ਨਹੀਂ ਹੋਣੀ ਬੜੀ ਖਰਾਬੀ ਏ ਬੰਬ ਇੱਧਰ ਡਿੱਗਣ ਜਾਂ ਉੱਧਰ ਡਿੱਗਣ ਮਰਨੇ ਦਾ ਪੁੱਤ ਪੰਜਾਬੀ ਏ ਸੋ ਇਸ ਕਰਕੇ ਭਾਈ ਦੋਹੇ ਪੰਜਾਬਾਂ ਦੀ ਖੈਰ ਮੰਗਦੇ ਆ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਤੁਸੀਂ ਸਾਡੇ ਸ੍ਰੀ ਗੁਰੂ ਨਾਨਕ ਦੇਵ ਜੀ ਪਹਿਲੇ ਪਾਤਸ਼ਾਹ ਜੀ ਜਿਨ੍ਹਾਂ ਦੇ ਇਸ ਪ੍ਰਕਾਸ਼ ਦਿਹਾੜੇ ਤੇ ਤੁਸੀਂ ਦਿਲ ਖੋਲ ਕੇ ਸਾਡੀ ਸਿੱਖ ਸੰਗਤ ਨੂੰ ਖੁੱਲੇ ਵੀਜ਼ੇ ਦਿੱਤੇ ਨੇ ਖੁੱਲਾ ਮੌਕਾ ਦਿੱਤਾ ਹੈ ਦਰਸ਼ਨ ਦੀਦਾਰਾਂ ਦਾ ਕਿਉਂਕਿ ਅਸੀਂ 75 ਸਾਲਾਂ ਤੋਂ ਅਰਦਾਸ ਕਰਦੇ ਹਾਂ ਹਰ ਸਮੇਂ ਸਵੇਰੇ ਤੇ ਸ਼ਾਮ ਸਾਡੇ ਗੁਰਦੁਆਰਾ ਸਾਹਿਬਾਨ ਦੇ ਵਿੱਚ ਇਹ ਸੱਚੇ ਪਾਤਸ਼ਾਹ ਜਿਨ੍ਹਾਂ ਗੁਰੂ ਧਾਮਾਂ ਨੂੰ ਸਿੱਖ ਪੰਥ ਤੋਂ ਵਿਛੋੜਿਆ ਗਿਆ ਹੈ ਉਹਨਾਂ ਦੇ ਖੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਮੌਕਾ ਬਖਸ਼ੋ ਅੱਜ ਸਾਨੂੰ ਮੌਕਾ ਮਿਲਿਆ ਅਸੀਂ ਇਸ ਪਵਿੱਤਰ ਖਨਗਾਹ ਤੇ ਇਸ ਪਵਿੱਤਰ ਸਰਜ਼ਮੀਨ ਤੇ ਇਸ ਜ਼ਰਖੇਜ਼ ਜ਼ਮੀਨ ਤੇ ਸਲਿਊਟ ਕਰਨ ਦੇ ਲਈ ਆਏ ਬੜੇ ਜ਼ਿੰਦਾ ਦਿਲ ਨੇ ਸਰਦਾਰ ਜੀ ਤੇ ਇਹਨਾਂ ਨੂੰ ਪੁੱਛਦੇ ਆ ਵੀ ਪਾਕਿਸਤਾਨੀ ਹਕੂਮਤ ਨੇ ਜਿਹੜੇ ਇਹਨਾਂ ਵਾਸਤੇ ਇੰਤਜ਼ਾਮਾਤ ਕੀਤੇ ਨੇ ਇਹਨਾਂ ਨੂੰ ਕਿਹੋ ਜਿਹੇ ਲੱਗ ਰਹੇ ਨੇ ਬਹੁਤ ਵਧੀਆ ਜੀ ਬਹੁਤ ਵਧੀਆ ਖਾਣ ਪੀਣ ਦਾ ਲੰਗਰ ਦਾ ਬਹਿਣ ਉੱਠਣ ਦਾ ਇੰਤਜ਼ਾਮ ਕੀਤਾ ਬਿਲਕੁਲ ਬਹੁਤ ਵਧੀਆ ਸੀਗਾ ਜੀ ਬਹੁਤ ਅੱਛਾ ਜੀ ਤੇ ਜਿਹੜੇ ਕਿਸੇ ਵਜ੍ਹਾ ਤੋਂ ਨਹੀਂ ਆਏ ਜਾਂ ਨਹੀਂ ਆ ਸਕੇ ਉਹਨਾਂ ਨੂੰ ਕੋਈ ਤਗੜਾ ਜਿਹਾ ਪੰਜਾਬ ਮੈਸੇਜ ਦਿਓ ਦੇਖੋ ਜੀ ਇੱਕ ਥੋੜਾ ਜਿਹਾ ਹੈਗਾ ਮੇਰਾ ਉਲਾਂਭਾ ਵੀ ਹੈਗਾ ਦਿਓ ਦਿਓ ਜੀ ਸਾਡੇ ਚੜ੍ਹਦੇ ਪੰਜਾਬ ਵਾਲਿਆਂ ਨੇ ਉਲਾਂਭਾ ਦਿੱਤਾ ਹੈ ਵੀ ਤਕਰੀਬਨ 780 ਦੇ ਕਰੀਬ ਵੀ ਵੀਜ਼ੇ ਜਿਹੜੇ ਇਸ਼ੂ ਨਹੀਂ ਕੀਤੇ ਗਏ ਸੋ ਮੇਰੀ ਤਾਂ ਇਹੀ ਬੇਨਤੀ ਹੈ ਤੁਹਾਡੀ ਸਰਕਾਰ ਨੂੰ ਵੀ ਆਉਣ ਵਾਲੇ ਸਮੇਂ 'ਚ ਖੁੱਲ੍ਹ ਕੇ ਸਾਨੂੰ ਨਹੀਂ ਸਰ ਉਹ ਜੀ ਕਾਗਜ਼ਾਂ ਦੇ ਵਿੱਚ ਕੋਈ ਪ੍ਰੋਬਲਮ ਰਹਿ ਜਾਂਦੀ ਉਹਦੀ ਵਜ੍ਹਾ ਤੋਂ ਵੱਲੋਂ ਹੁਣ ਤਾਂ 70,000 ਕਰ ਦਿੱਤਾ ਉਹਨਾਂ ਨੇ ਅਰਦਾਸ ਕਰਾਂਗੇ ਪਰਮਾਤਮਾ ਪਰਮੇਸ਼ਰ ਇਸੇ ਤਰ੍ਹਾਂ ਦੁਆ ਪੜਾ ਬਾਕੀ ਤੇ ਕਾਗਜ਼ਾਂ ਦੇ ਅੰਦਰ ਬਾਅਦ ਦਫਾ ਡਾਕੂਮੈਂਟ ਦੇ ਅੰਦਰ ਕੋਈ ਚੀਜ਼ਾਂ ਰਹਿ ਜਾਂਦੀਆਂ ਉਹਨਾਂ ਦੀਆਂ ਨਾਮ ਕਮਲ ਹੋਣ ਕਰਕੇ ਉਹਨਾਂ ਦੇ ਵੀਜ਼ੇ ਹੋ ਗਏ ਬਹੁਤ ਸਾਰੇ ਲੋਕਾਂ ਨੂੰ ਵੀਜ਼ੇ ਮਿਲੇ ਚਲੋ ਜੀ ਫੇਰ ਵੀ ਜਿੰਨੇ ਮਿਲੇ ਥੈਂਕ ਯੂ ਸੋ ਮਚ ਜੀ ਬੜੀ ਮਿਹਰਬਾਨੀ ਸ਼ੁਕਰੀਆ ਜੀ ਸਰ ਆ ਗਏ ਬੜੀ ਮਿਹਰਬਾਨੀ ਓਕੇ ਜੀ ਥੈਂਕ ਯੂ